ਸਤਿ ਸ੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। ਯਾਰ ਇਹ ਵੀਡੀਓ ਨਾ ਦੱਬ ਕੇ ਸ਼ੇਅਰ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਕਿਉਂ ਸ਼ੇਅਰ ਕਰਿਓ? ਕਿਉਂਕਿ ਕੁਝ ਇਹੋ ਜਿਹਾ ਅਸੀਂ ਕਰਨ ਜਾ ਰਹੇ ਹਾਂ ਜਾਂ ਕੁਝ ਲੋਕ ਕੁਝ ਇਹੋ ਜਿਹੀਆਂ ਗਲਤੀਆਂ ਕਰਦੇ ਪਏ ਨੇ ਜਿਹੜੇ ਪੰਜਾਬ ਨੂੰ ਸਿਰਫ 50 ਸਾਲਾਂ ਦੇ ਵਿੱਚ ਖਤਮ ਕਰ ਦੇਣਗੀਆਂ। ਇੱਕ ਕਹਾਵਤ ਹੈ ਨਾ ਪੰਜਾਬੀ ਦੀ ਕਿ ਅਸੀਂ ਆਪਣੇ ਪੈਰ 'ਤੇ ਆਪ ਕੁਹਾੜਾ ਮਾਰਿਆ। ਉਹ ਕਹਾਵਤ ਅੱਜ 110% ਸਾਬਤ ਹੋ ਰਹੀ ਹੈ, ਸੱਚ ਸਾਬਤ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਮੇਰੇ ਕੋਲ ਕੁਝ ਵੀਡੀਓ ਆਈਆਂ ਨੇ ਜਿਹਦੇ ਵਿੱਚ ਚਾਹੇ ਤਾਂ ਅਨਭੋਲਤਾ ਕਹਿ ਲਓ, ਚਾਹੇ ਅਗਿਆਨਤਾ ਕਹਿ ਲਓ, ਚਾਹੇ ਮੂਰਖਤਾ ਕਹਿ ਲਓ, ਤਿੰਨਾਂ ਦੇ ਵਿੱਚੋਂ ਜੋ ਮਰਜ਼ੀ ਕਹਿ ਲਓ, ਦੀ ਵਜ੍ਹਾ ਕਰਕੇ ਝੋਨੇ ਵਿੱਚ ਜਿਹੜਾ ਮੀਂਹ ਦਾ ਪਾਣੀ ਹੈ ਉਸ ਨੂੰ ਧਰਤੀ ਦੇ ਵਿੱਚ ਬੋਰਾਂ ਦੇ ਰਾਹੀਂ ਸਿੱਧਾ ਸੱਟਿਆ ਜਾ ਰਿਹਾ ਹੈ। ਅਤੇ ਇਸ ਟ੍ਰੈਂਡ ਦੇ ਰਾਹੀਂ ਸੋਸ਼ਲ ਮੀਡੀਆ 'ਤੇ ਫੇਮਸ ਹੋਣ ਦੀ ਕਾਹਲ ਲੱਗੀ ਹੋਈ ਹੈ ਸਾਡੇ ਲੋਕਾਂ ਨੂੰ। ਜਿਹੜਾ ਮੀਂਹ ਦਾ ਪਾਣੀ ਜਦੋਂ ਅਸੀਂ ਝੋਨੇ ਦੇ ਵਿੱਚੋਂ ਲੈ ਕੇ ਬੋਰਾਂ ਦੇ ਰਾਹੀਂ ਧਰਤੀ ਦੇ ਹੇਠ ਉਸ ਪਾਣੀ ਤੱਕ ਪਹੁੰਚਾ ਦਿੰਦੇ ਨਾ ਜਿਹੜਾ ਅਸੀਂ ਪੀਣਾ ਆ, ਤਾਂ ਉਹਨੂੰ ਇੰਨਾ ਦੂਸ਼ਿਤ ਕਰ ਦਿੰਦਾ ਹੈ ਜਿੰਨਾ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦ ਹਰ ਫੈਕਟਰੀ ਦੂਸ਼ਿਤ ਨਹੀਂ ਕਰ ਸਕਦੀ। ਕਾਰਨ ਕੀ ਹੈ ਕਿ ਟਨਾਂ ਦੇ ਹਿਸਾਬ ਦੇ ਨਾਲ ਝੋਨਿਆਂ ਦੇ ਵਿੱਚ ਯੂਰੀਆ, DAP, ਜ਼ਿੰਕ, ਰਾਊਂਡ ਅਪ, ਕਲੋਰੋ, ਲੈਮਡਾ, ਪੈਸਟੀਸਾਈਡਸ, ਵੀਡੀਸਾਈਡ, ਫੰਗੀਸਾਈਡ ਯੂਜ਼ ਹੁੰਦੇ ਨੇ। ਅਤੇ ਜਦੋਂ ਮੀਂਹ ਪੈਂਦਾ ਆ ਤਾਂ ਮੀਂਹ ਵਾਲੇ ਪਾਣੀ ਦੇ ਵਿੱਚ ਇਹ ਸਭ ਚੀਜ਼ਾਂ ਘੁਲ ਜਾਂਦੀਆਂ ਨੇ। ਅਤੇ ਫਿਰ ਜਦੋਂ ਇਹ ਬੋਰ ਦੇ ਰਾਹੀਂ ਡਾਇਰੈਕਟ ਉਸ ਲੈਵਲ ਤੱਕ ਪਹੁੰਚ ਜਾਂਦਾ ਹੈ ਨਾ ਪਾਣੀ ਜਿੱਥੋਂ ਅਸੀਂ ਆਪਣੇ ਪੀਣ ਯੋਗ ਪਾਣੀ ਕੱਢਦੇ ਹਾਂ, ਤਾਂ ਇਹ ਉਸਨੂੰ ਬਹੁਤ ਜ਼ਿਆਦਾ ਜ਼ਹਿਰੀਲਾ ਬਣਾ ਦਿੰਦਾ ਹੈ। ਸਾਡੇ ਲੋਕਾਂ ਦੇ ਵਿੱਚ ਇੱਕ ਦੌੜ ਆ ਕਿ ਜਲਦੀ ਜਲਦੀ ਫੇਮਸ ਹੋਣਾ, ਆਹ ਕੰਮ ਕਰ ਲਓ। ਦੋ ਵੀਡੀਓ ਮੇਰੇ ਕੋਲ ਆਈਆਂ, ਇੱਕ ਭਾਈ ਸਾਹਿਬ ਨੇ ਤਾਂ ਆਪਦਾ ਚਬੱਚਾ ਵੀ ਤੋੜਿਆ ਹੈ, ਖੂਹੀ ਵੀ ਤੋੜੀ ਹੈ, ਤਾਂ ਸਿੱਧਾ ਖੂਹੀ ਦੇ ਵਿੱਚ ਪਾਣੀ ਸੁੱਟਿਆ ਹੋਇਆ ਮੀਂਹ ਦਾ। ਭਰਾਵਾ ਕਿਉਂ ਮਾਰਦਾ ਪਿਆ ਪੰਜਾਬ ਨੂੰ? ਪੰਜਾਬ ਤਾਂ ਅੱਗੇ ਹੀ ਮਰਨ ਦੇ ਕਗਾਰ 'ਤੇ ਆ। ਦੂਸਰੇ ਸਰਦਾਰ ਸਾਹਿਬ ਨੇ ਕੀ ਕੀਤਾ ਆ, ਮੋਟਰ ਨੂੰ ਸੂਟਾ ਮਰਾਇਆ ਅਤੇ ਝੋਨੇ ਦਾ ਸਾਰਾ ਪਾਣੀ ਵਾਪਸ ਜ਼ਮੀਨ ਦੇ ਵਿੱਚ ਸੱਟੀ ਜਾਂਦਾ ਹੈ। ਇਹ ਚੀਜ਼ ਵੀਰ ਮੇਰਿਓ ਮੈਂ ਹੱਥ ਜੋੜ ਕੇ ਦੱਸਣਾ ਚਾਹੁੰਦਾ ਤੁਹਾਨੂੰ, ਇਹ ਚੀਜ਼ ਵਾਟਰ ਰੀਚਾਰਜ ਸਿਸਟਮ ਨਹੀਂ ਹੈਗਾ। ਅਗਰ ਤੁਸੀਂ ਇਸ ਟ੍ਰੈਂਡ ਦੇ ਅੰਡਰ ਮਸ਼ਹੂਰ ਹੋਣਾ ਚਾਹੁੰਦੇ ਹੋ ਕਿ ਅਸੀਂ ਬੜਾ ਸੌਖਾ ਤਰੀਕਾ ਲੱਭ ਲਿਆ ਜੀ, ਹਜ਼ਾਰਾਂ ਲੀਟਰ ਅਸੀਂ ਪਾਣੀ ਬਚਾ ਰਹੇ ਹਾਂ, ਦੇਖੋ ਅਸੀਂ ਸਿੱਧਾ ਮੀਂਹ ਦਾ ਪਾਣੀ ਬੋਰਾਂ ਦੇ ਰਾਹੀਂ ਧਰਤੀ 'ਚ ਭੇਜ ਰਹੇ ਹਾਂ, ਤਾਂ ਇਹਦੇ ਨਾਲ ਪੰਜਾਬ ਦੀ ਉਮਰ ਜਿਹੜੀ ਕਿ 20 ਸਾਲ, ਮੈਂ ਮੰਨਦਾ ਹਾਂ ਕਿ ਪੰਜਾਬ ਦੀ ਉਮਰ ਸਿਰਫ 20 ਸਾਲ ਰਹਿ ਗਈ ਆ, ਤੁਸੀਂ ਉਹਨੂੰ 15 ਸਾਲ ਘਟਾ ਕੇ ਸਿਰਫ 5 ਸਾਲ 'ਤੇ ਲੈ ਆਉਂਦਾ। ਸੋ ਇਹ ਪ੍ਰੋਬਲਮ ਕੀ ਹੈ, ਜਿਹੜਾ ਫੈਕਟਰੀਆਂ ਦਾ ਰਾਹੀਂ ਪਾਣੀ ਸੀਗਾ, ਜਾਂ ਤੁਸੀਂ ਮਾਲਵੇ ਦੇ ਵਿੱਚ ਇੱਕ ਬੜੀ ਵੱਡੀ ਇੱਕ ਖਬਰ ਉੱਠਦੀ ਪਈ ਆ ਕਿ ਮਾਲਵਾ ਇਸ ਟਾਈਮ ਦੁਨੀਆ ਦਾ ਸਭ ਤੋਂ ਡੈਂਸਟ ਏਰੀਆ ਆ, ਭਾਵ ਇੱਥੇ ਦੁਨੀਆ ਦੇ ਐਵਰੇਜ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੈਂਸਰ ਪੇਸ਼ੈਂਟਸ ਨੇ। ਕਿਉਂ ਹੋਏ ਸੀਗੇ? ਕਿਉਂਕਿ ਉੱਥੇ ਬਹੁਤ ਜ਼ਿਆਦਾ ਪੈਸਟੀਸਾਈਡ ਦਾ ਯੂਜ਼ ਕੀਤਾ ਗਿਆ ਸੀਗਾ, ਅਤੇ ਉਹ ਪੈਸਟੀਸਾਈਡ ਲੀਚ ਹੋ ਕੇ, ਭਾਵ ਜ਼ਮੀਨ ਦੇ ਰਾਹੀਂ ਰਸ ਕੇ ਉਸ ਪਾਣੀ ਤੱਕ ਪਹੁੰਚ ਗਿਆ ਸੀ ਜਿੱਥੇ ਅਸੀਂ ਪਾਣੀ ਆਪਣੇ ਪੀਣ ਦੇ ਲਈ ਕੱਢਦੇ ਹਾਂ। ਹੁਣ ਜਿਹੜਾ ਪੈਸਟੀਸਾਈਡ 20 ਸਾਲਾਂ ਦੇ ਵਿੱਚ ਜੀਰ ਕੇ ਧਰਤੀ ਦੇ ਰਾਹੀਂ ਪਾਣੀ ਤੱਕ ਪਹੁੰਚਣਾ ਸੀ, ਉਹਨੂੰ ਤਾਂ ਅਸੀਂ 2 ਘੰਟਿਆਂ 'ਚ ਪਹੁੰਚਾ ਦਿੱਤਾ। ਸਿਰਫ ਇਸੇ ਚੱਕਰ ਦੇ ਵਿੱਚ ਦੇਖੋ ਜੀ, ਅਸੀਂ ਸੈਲਫੀ ਲੈ ਰਹੇ ਹਾਂ, ਦੇਖੋ ਅਸੀਂ ਟ੍ਰੈਂਡ ਬਣ ਰਹੇ ਹਾਂ ਕਿ ਵਾਟਰ ਰੀਚਾਰਜ ਸਿਸਟਮ ਹੈ। ਇੱਥੇ ਮੈਂ ਦੱਸਣਾ ਚਾਹੁੰਦਾ, ਕਈ ਪਿੰਡਾਂ ਦੇ ਵਿੱਚ ਵੀ ਗਲਤ ਤਰੀਕੇ ਨਾਲ ਵਾਟਰ ਰੀਚਾਰਜਿੰਗ ਸਿਸਟਮ ਲਾਏ ਗਏ ਨੇ। ਅਸਲ ਦੇ ਵਿੱਚ ਵਾਟਰ ਰੀਚਾਰਜਿੰਗ ਸਿਸਟਮ ਦੇ ਰਾਹੀਂ ਸਿਰਫ 2 ਤਰੀਕੇ ਦਾ ਪਾਣੀ ਹੀ ਰੀਚਾਰਜ ਕੀਤਾ ਜਾ ਸਕਦਾ। ਸਭ ਤੋਂ ਸੇਫੈਸਟ ਹੈਗਾ ਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਜਿਹਦੇ ਰਾਹੀਂ ਉਸ ਮੀਂਹ ਦੇ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਛੱਤਾਂ ਦੇ ਉੱਤੇ ਹੁੰਦਾ ਆ। ਸਿਰਫ ਛੱਤਾਂ ਦੇ ਉੱਤੇ ਜਿਹੜਾ ਮੀਂਹ ਦਾ ਪਾਣੀ ਹੁੰਦਾ ਆ ਉਸ ਨੂੰ ਪਾਈਪਾਂ ਦੇ ਰਾਹੀਂ ਲਿਜਾ ਕੇ ਇੱਕ ਪਿੱਟ ਬਣਾਇਆ ਜਾਂਦਾ ਆ, ਇੱਕ ਰੀਚਾਰਜ ਸਿਸਟਮ ਬਣਾਇਆ ਜਾਂਦਾ, ਉਸ ਰਾਹੀਂ ਧਰਤੀ ਦੇ ਵਿੱਚ ਭੇਜਿਆ ਜਾਂਦਾ ਹੈ। ਅਤੇ ਦੂਸਰਾ ਸਿਸਟਮ ਜਿਹੜਾ ਵਾਟਰ ਰੀਚਾਰਜਿੰਗ ਸਿਸਟਮ ਹੈਗਾ, ਉਹ ਹੈਗਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਰਾਹੀਂ, ਜਿਹੜਾ ਤੁਸੀਂ ਝੋਨੇ ਦੇ ਵਿੱਚੋਂ ਪਾਣੀ, ਹੁਣ ਮੈਂ ਤੁਹਾਨੂੰ ਆਹ ਪਾਣੀ ਦਿਖਾਉਣਾ ਆ, ਆਹ ਦੇਖੋ ਪਾਣੀ, ਇਹ ਪਾਣੀ ਜੇ ਮੈਂ ਕਹਾਂ ਕਿ ਕੋਈ ਬੰਦਾ ਪੀ ਲਵੇ, ਕੀ ਤੁਸੀਂ ਪੀ ਲਓਗੇ? ਬਿਲਕੁਲ ਨਹੀਂ ਪੀਓਗੇ। ਤੁਸੀਂ ਆਖੋਗੇ ਯਾਰ ਇਹਦੇ ਵਿੱਚ ਜ਼ਹਿਰ ਆ, ਖਾਦਾਂ, ਅਸੀਂ ਤਾਂ ਮਰ ਜਾਂਗੇ, ਅਸੀਂ ਪੀਤਾ ਤਾਂ। ਹੁਣ ਇਹੀ ਪਾਣੀ ਅਸੀਂ ਬੋਰਾਂ ਦੇ ਰਾਹੀਂ ਸੱਟੀ ਜਾ ਰਹੇ ਹਾਂ। ਇਹ ਜਿਹੜਾ ਝੋਨਿਆਂ ਦੇ ਵਿੱਚ ਖੜਾ ਪਾਣੀ ਹੈ, ਜਾਂ ਝੋਨਿਆਂ ਦੇ ਵਿੱਚ ਮੀਂਹ ਦਾ ਪਾਣੀ ਜਦੋਂ ਆਉਂਦਾ ਆ, ਉਹ ਸੀਵਰੇਜ ਦੇ ਪਾਣੀ ਨਾਲੋਂ ਵੀ ਹਜ਼ਾਰਾਂ ਗੁਣਾ ਵੱਧ ਕੈਮੀਕਲ ਅਤੇ ਜ਼ਹਿਰੀਲਾ ਹੁੰਦਾ ਆ। ਸੋ ਐਸੀ ਗਲਤੀ ਨਾ ਕਰੋ। ਜਿਹੜਾ ਮੀਂਹ ਦਾ ਪਾਣੀ ਝੋਨਿਆਂ ਦੇ ਵਿੱਚ ਆ ਕੇ ਧਰਤੀ ਦੇ ਵਿੱਚ ਜੇ ਤੁਸੀਂ ਰੀਚਾਰਜ ਕਰਨਾ ਆ, ਤਾਂ ਉੱਥੇ ਤੁਹਾਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਰਾਹੀਂ ਹੀ ਰੀਚਾਰਜ ਕਰ ਸਕਦੇ ਹੋ ਤੁਸੀਂ। ਪਿੰਡਾਂ ਦੇ ਵਿੱਚ ਵੀ ਮੈਂ ਦੇਖਿਆ ਕਿ ਪਾਣੀ ਹੈ ਜਿਹੜਾ ਮੀਂਹ ਦਾ, ਉਸਨੂੰ ਰੀਚਾਰਜ ਕਰਨ ਦੇ ਲਈ ਅਸੀਂ ਸੰਯੁਕਤ ਰੂਪ ਦੇ ਵਿੱਚ ਵਾਟਰ ਰੀਚਾਰਜ ਸਿਸਟਮ ਲਾ ਰਹੇ ਹਾਂ। ਪਰ ਤੁਸੀਂ ਸੀਚੇਵਾਲ ਨੂੰ ਦੇਖੋ ਕਿੱਦਾਂ ਕੰਮ ਕਰਦੇ ਨੇ। ਉਹਨਾਂ ਜਿਹੜੇ ਪਿੰਡ ਦੇ ਵਿੱਚ ਵਾਟਰ ਰੀਚਾਰਜ ਸਿਸਟਮ ਲਾਇਆ, ਉੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਲਾਇਆ ਹੈ,
ਭਾਵ ਜਿਹੜਾ ਪਾਣੀ ਨਲੀਆਂ ਦਾ ਗਲੀਆਂ ਦਾ ਮੀਂਹ ਦਾ ਉਹ ਧਰਤੀ ਦੇ ਵਿੱਚ ਭੇਜਦੇ ਨੇ, ਉਸ ਤੋਂ ਪਹਿਲਾਂ ਉਸ ਨੂੰ ਟ੍ਰੀਟ ਕਰਦੇ ਨੇ, ਸਾਫ਼ ਕਰਦੇ ਨੇ, ਫਿਰ ਧਰਤੀ ਦੇ ਵਿੱਚ ਭੇਜਦੇ ਨੇ। ਅਤੇ ਤੁਸੀਂ ਐਡੀ ਵੱਡੀ ਮੂਰਖਤਾ ਕਰ ਰਹੇ ਹੋ, ਬੋਰਾਂ ਨੂੰ ਖੋਲ੍ਹ ਕੇ, ਖੂਹੀਆਂ ਦੇ ਵਿੱਚੋਂ ਮੋਟਰਾਂ ਕੱਢ ਕੇ, ਬੋਰਾਂ ਦੇ ਵਿੱਚੋਂ ਮੋਟਰਾਂ ਕੱਢ ਕੇ, ਜਿਹੜਾ ਟਣਾ ਮੂੰਹੀ ਪਾਣੀ ਜਿਹਦੇ ਵਿੱਚ ਯੂਰੀਆ, DAP, ਕਲੋਰੋ, ਲੈਮਡਾ, ਪੈਸਟੀਸਾਈਡ, ਰਾਊਂਡਅਪ, ਪਤਾ ਨਹੀਂ ਕੀ ਕੁਝ ਗੰਦ ਪਿੱਲ ਆ ਰਿਹਾ ਆ, ਉਸਨੂੰ ਤੁਸੀਂ ਸਿੱਧਾ ਉਸ ਪਾਣੀ ਤੱਕ ਪਹੁੰਚਾ ਦਿੱਤਾ ਜਿਹੜਾ ਅਸੀਂ ਪੀਣਾ। ਫਿਰ ਇੱਥੇ ਇੱਕ ਹੋਰ ਉਦਾਹਰਣ ਵੇਖੋ, ਜਿਹੜੇ ਬੋਰ ਦੇ ਰਾਹੀਂ ਅਸੀਂ ਜ਼ਮੀਨ ਦੇ ਵਿੱਚ ਪਾਣੀ ਭੇਜਿਆ ਮੋਟਰ ਕੱਢ ਕੇ, ਕੱਲ੍ਹ ਨੂੰ ਜਦੋਂ ਅਸੀਂ ਮੋਟਰ ਚਲਾਈ ਉੱਥੋਂ ਪਾਣੀ ਵੀ ਤਾਂ ਪੀਵਾਂਗੇ ਨਾ, ਅਤੇ ਜਿਹੜਾ ਪਾਣੀ ਦਾ ਜ਼ਹਿਰ 20 ਸਾਲਾਂ 'ਚ ਉੱਥੇ ਜਾਣਾ ਸੀ ਉਹ ਤਾਂ 2 ਘੰਟਿਆਂ ਦੇ ਵਿੱਚ ਤੁਸੀਂ ਘੱਲ ਦਿੱਤਾ। ਮੈਂ ਦੁਬਾਰੇ ਰਿਪੀਟ ਕਰਨੀ ਪਈ ਇੱਕ ਉਦਾਹਰਣ ਦੇ ਨਾਲ ਮੈਨੂੰ ਗੱਲ। ਸੋ ਆਪਦੇ ਪੈਰਾਂ 'ਤੇ ਦੋਸਤੋ ਕੁਹਾੜੀਆਂ ਨਾ ਮਾਰੋ, ਦੇਸੀ ਟੋਟ ਕੇ, ਘਟੀਆ ਟੋਟ ਕੇ ਵਰਤ ਕੇ ਸਾਡੇ ਪੰਜਾਬ ਦੇ ਪਾਣੀ ਦਾ ਤਾਂ ਅੱਗੇ ਹੀ ਬੇੜਾ ਗਰਕ ਆ। ਤੁਸੀਂ ਉਹਨਾਂ ਪਾਣੀਆਂ ਦੇ ਰਾਖੀ ਦੇ ਲਈ ਫਾਈਟ ਕਰੋ ਜਿਹੜਾ ਜਿਹੜਾ ਹਰਿਆਣੇ ਨੂੰ, ਜਿਹੜਾ ਰਾਜਸਥਾਨ ਨੂੰ ਐਕਸਟਰਾ ਦਿੱਤਾ ਜਾ ਰਿਹਾ ਹੈ। ਜੇ ਪੰਜਾਬ ਨੂੰ ਬਚਾਉਣਾ ਆ, ਰੀਚਾਰਜ ਸਿਸਟਮ ਲਾਉਣੇ ਆ, ਪਲੀਜ਼ ਜਾਂ ਤਾਂ ਰੇਨ ਹਾਰਵੈਸਟਿੰਗ ਸਿਸਟਮ ਯੂਜ਼ ਕਰੋ, ਸਿਰਫ ਉਸ ਪਾਣੀ ਦਾ ਇਸਤੇਮਾਲ ਕਰੋ ਰੀਚਾਰਜ ਕਰਨ ਦੇ ਲਈ ਜਿਹੜਾ ਮੀਂਹ ਦਾ ਪਾਣੀ ਛੱਤਾਂ ਤੋਂ ਕਲੈਕਟ ਹੋਣਾ ਆ। ਅਤੇ ਜਾਂ ਫਿਰ ਜੇ ਤੁਸੀਂ ਝੋਨੇ ਵਿਚਲਾ ਜਾਂ ਕਿਸੇ ਵੀ ਜ਼ਮੀਨ ਵਿਚਲਾ ਪਾਣੀ ਰੀਚਾਰਜ ਕਰਨਾ ਆ ਮੀਂਹ ਦਾ ਪਾਣੀ, ਤਾਂ ਜ਼ਰੂਰੀ ਆ ਉੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਰਾਹੀਂ ਹੀ ਉਹ ਰੀਚਾਰਜ ਹੋਣਾ ਚਾਹੀਦਾ ਹੈ। ਵਰਨਾ ਮੈਂ ਤੁਹਾਨੂੰ ਫੇਰ ਦੁਹਰਾ ਦੇਵਾਂ, ਜਿਹੜੀ ਮੌਤ ਪੰਜਾਬ ਦੀ 20 ਸਾਲਾਂ ਬਾਅਦ ਆਉਣੀ ਸੀ, ਕਿਉਂਕਿ ਮੇਰਾ ਇੱਕ ਤਕਾਜ਼ਾ ਆ ਕਿ ਪੰਜਾਬ ਦੀ ਜ਼ਿਆਦਾ ਤੋਂ ਜ਼ਿਆਦਾ ਜ਼ਿੰਦਗੀ 20 ਸਾਲ ਆ, ਤੁਸੀਂ ਉਹ ਜ਼ਿੰਦਗੀ 15 ਸਾਲ ਹੋਰ ਘਟਾ ਦਿੱਤੀ ਹੈ ਸਿਰਫ ਆਪਣੀ ਇੱਕ ਮੂਰਖਤਾ ਦੀ ਵਜ੍ਹਾ ਨਾਲ, ਆਪਣੇ ਇੱਕ ਅਨਪੋਲਪਣ ਦੀ ਵਜ੍ਹਾ ਨਾਲ, ਆਪਣੀ ਇੱਕ ਅਗਿਆਨਤਾ ਦੀ ਵਜ੍ਹਾ ਦੇ ਨਾਲ। ਸੋ ਇਸ ਵੀਡੀਓ ਨੂੰ ਯਾਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਉਹ ਬੰਦੇ ਤੱਕ ਪਹੁੰਚੇ ਜਿਹੜਾ ਇਸ ਸੋਸ਼ਲ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਪਰ ਉਸਨੂੰ ਪਤਾ ਨਹੀਂ ਹੈ ਕਿ ਰੀਚਾਰਜ ਸਿਸਟਮ ਕੰਮ ਕਿਵੇਂ ਕਰਦੇ ਨੇ, ਅਸਲੀ ਤੌਰ ਤਰੀਕੇ ਦੇ ਕੀ ਨੇ। ਅਤੇ ਗਿਆਨ ਪੁਣੇ ਦੇ ਵਿੱਚ ਅਸੀਂ ਜੋ ਸਾਡੀ ਜ਼ਮੀਨ ਗੰਧਲੀ ਹੋਈ ਪਈ ਆ ਖਾਦਾਂ ਦੇ ਨਾਲ, ਯੂਰੀਆ ਦੇ ਨਾਲ, ਕੈਮੀਕਲ ਦੇ ਨਾਲ, ਉਹ ਪਾਣੀ ਅਸੀਂ ਜ਼ਮੀਨ ਦੇ ਵਿੱਚ ਨਾ ਪਾਈਏ। ਸੋ ਵੀਰੋ, ਮੈਕਸੀਮਮ ਇਸ ਚੀਜ਼ ਲਈ ਅਵੇਅਰ ਹੋਵੋ, ਅਗਿਆਨਤਾ ਦੇ ਮਾਰਗ ਨੂੰ ਛੱਡ ਕੇ ਹੋ ਤੁਸੀਂ ਵਾਟਰ ਰੀਚਾਰਜ ਸਿਸਟਮ ਦਾ ਸਹੀ ਕਨਸੈਪਟ ਕੀ ਉਸਨੂੰ ਸਮਝ ਕੇ ਹੀ ਯੂਜ਼ ਕਰੋ। ਥੈਂਕ ਯੂ ਜੀ।